ਅੱਜ ਆਪਾਂ ਤੁਹਾਡੇ ਖਾਤਰ ਜਮਾਂ ਨਵੀਂ ਬਣੀ ਹੋਈ ਕੋਠੀ ਲੈ ਕੇ ਪਹੁੰਚੇ ਹਾਂ। 3 ਮਹੀਨੇ ਹੋਏ ਨੇ ਮਸਾਂ ਹਲੇ ਕੋਠੀ ਬਣੀ ਨੂੰ, ਅਤੇ ਸਾਰੇ ਪਰਿਵਾਰ ਨੇ ਬਾਹਰ ਜਾਣਾ ਤਾਂ ਕਰਕੇ ਇਹਨਾਂ ਨੇ ਵੇਚਣੀ ਹੈ। ਰੇਟ ਵੀ ਇਹਨਾਂ ਨੇ ਬਹੁਤ ਵਧੀਆ ਲਾ ਕੇ ਭੇਜਿਆ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਦੀ ਕੋਠੀ ਦੀ, ਘਰ ਦੀ, ਮਕਾਨ ਦੀ, ਕਿਸੇ ਵੀ ਏਰੀਆ 'ਚੋਂ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ। ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ, ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 7380026173। ਆਪਣੇ ਵਟਸਐਪ ਨੰਬਰ 'ਤੇ ਜਿਹੜੀ ਕੋਠੀ ਵੇਚਣੀ ਹੈ ਉਹਦੀ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ। 10.5 ਮਰਲਿਆਂ ਦੇ ਵਿੱਚ ਕੋਠੀ ਬਣੀ ਹੋਈ ਹੈ ਅਤੇ ਜਮ੍ਹਾਂ ਨਵੀਂ ਕੋਠੀ ਹੈ ਜਿਹੜੀ ਬਣੀ ਹੋਈ ਹੈ। ਅਤੇ ਕੋਠੀ ਤੁਸੀਂ ਦੇਖੋ ਜੀ, ਫਰੰਟ ਤੁਸੀਂ ਦੇਖ ਲਿਆ, ਅਤੇ ਕੋਠੀ ਦੀ ਆਪਾਂ ਜੇ ਗੱਲ ਕਰੀਏ ਤਾਂ ਕੋਠੀ ਹੈ ਜਿਹੜੀ ਕੋਰਨਰ 'ਤੇ ਬਣੀ ਹੋਈ ਹੈ। ਫਰੰਟ 'ਤੇ ਵੀ ਇਹਨਾਂ ਨੂੰ ਮਤਲਬ ਕਿ ਸੜਕ ਲੱਗਦੀ ਹੈ, ਅਤੇ ਇਸ ਸਾਈਡ 'ਚ ਵੀ ਸੜਕ ਲੱਗਦੀ ਹੈ। ਕੋਰਨਰ 'ਤੇ ਕੋਠੀ ਆਪਾਂ ਆਹ ਲੈ ਕੇ ਅੱਜ ਪਹੁੰਚਿਆ ਤੁਹਾਡੇ ਵਾਸਤੇ, ਤੁਸੀਂ ਕਮੈਂਟ ਕਰਦੇ ਰਹਿੰਦੇ ਹੋ, ਅਤੇ ਤੁਹਾਨੂੰ ਮੈਂ ਸਾਰਾ ਕੁਛ ਦਿਖਾਉਂਦਾ ਜੀ। ਕੋਰਨਰ ਵਾਲੀ ਗਲੀ ਵੀ ਦਿਖਾਉਂਦਾ, ਪਰਲੀ ਸਾਈਡ ਵਾਲੀ, ਬਾਕੀ ਫਰੰਟ ਡਿਜ਼ਾਇਨ ਵਧੀਆ। ਅਤੇ ਕੋਠੀ ਨੂੰ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ, ਜ਼ਿਆਦਾ ਸਮਾਂ ਨਹੀਂ ਹੋਇਆ, 3 ਕੁ ਮਹੀਨੇ ਪਹਿਲਾਂ ਹੀ ਕੋਠੀ ਆਹ ਤਿਆਰ ਹੋਈ ਹੈ। ਥੋੜ੍ਹਾ ਬਹੁਤਾ ਉੱਪਰੋਂ ਆਪਾਂ ਦੇਖ ਰਹੇ ਹਾਂ ਕੰਮ ਰਹਿੰਦਾ ਗਾ, ਅਤੇ ਇਹਨਾਂ ਨੇ ਸਾਰਾ ਕੰਮ ਕਰਵਾਉਣਾ ਸੀਗਾ, ਅਤੇ ਇਹਨਾਂ ਨੇ ਮਤਲਬ ਕਿ ਬਾਹਰ ਜਾਣਾ ਸਾਰੇ ਪਰਿਵਾਰ ਨੇ। ਹੁਣ ਬਾਹਰ ਜਾਣ ਕਰਕੇ ਜਿਹੜਾ ਥੋੜ੍ਹਾ ਬਹੁਤਾ ਕੰਮ ਰਹਿੰਦਾ ਸੀਗਾ ਉਹ ਇਹਨਾਂ ਨੇ ਵਿੱਚੇ ਰੱਖਤਾ, ਬਾਕੀ ਅੰਦਰੋਂ ਸਾਰੀ ਕੋਠੀ ਹੈ ਜਿਹੜੀ ਬਹੁਤ ਵਧੀਆ ਸੋਹਣੀ ਬਣੀ ਹੋਈ ਹੈ। ਤੁਹਾਨੂੰ ਸਾਰਾ ਕੁਛ ਮੈਂ ਦਿਖਾ ਦਿੰਦਾ ਜੀ ਵੀਡੀਓ 'ਚ, ਆਪਾਂ ਟੋਟਲ ਸਾਰੀ ਗੱਲਬਾਤ ਕਰਾਂਗੇ, ਸਾਰਾ ਕੁਛ ਤੁਹਾਨੂੰ ਮੈਂ ਦਿਖਾਉਂਦਾ ਜੀ। ਕੋਠੀ ਦੇ ਮੂਹਰੇ ਫਰੰਟ 'ਤੇ ਥੋੜ੍ਹੀ ਜਗ੍ਹਾ ਰੱਖੀ ਹੋਈ ਆ, ਉੱਧਰਲੀ ਸਾਈਡ ਬਾਥਰੂਮ ਆਪਾਂ ਨੂੰ ਮਿਲੂਗਾ। ਪੋਰਚ ਏਰੀਆ ਪੂਰਾ ਵਧੀਆ ਗਾ, ਜੇ ਆਪਣੇ ਕੋਲ ਕੋਈ ਵੀ ਗੱਡੀ ਵਗੈਰਾ ਹੈਗੀ ਹੈ ਤਾਂ ਆਰਾਮ ਨਾਲ ਪੋਰਚ ਦੇ ਅੰਦਰ ਲੱਗਦੀ ਹੈ। ਬਾਕੀ ਜਿਹੜਾ ਇਹਨਾਂ ਨੇ ਨੀਚੇ ਪੱਥਰ ਵਗੈਰਾ ਲਗਵਾਇਆ ਹੋਇਆ ਪੂਰਾ ਵਧੀਆ ਟੋਪ ਦਾ ਸ਼ੌਂਕ ਨਾਲ ਇਹਨਾਂ ਨੇ ਲਗਵਾਇਆ ਹੋਇਆ। ਬਾਕੀ ਇਹਨਾਂ ਨਾਲ ਮੇਰੀ ਪੂਰੀ ਗੱਲਬਾਤ ਹੋਈ ਸੀ, ਇਹਨਾਂ ਨੇ ਕਿਹਾ ਵੀ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾਉਣਾ ਸੀਗਾ, ਬਸ ਹੁਣ ਬਾਹਰ ਦਾ ਪਲਾਨ ਬਣ ਗਿਆ ਤਾਂ ਕਰਕੇ ਬਸ ਕੋਠੀ ਹੈ ਜਿਹੜੀ ਇਹਨਾਂ ਨੇ ਵੇਚਣੀ ਆ। ਬਾਕੀ ਜਿੰਨਾ ਕੰਮ ਕਰਵਾਇਆ ਹੋਇਆ ਸ਼ੌਂਕ ਨਾਲ ਹੋਏਗਾ। ਨਵੀਂ ਕੋਠੀ ਹੈ ਅਤੇ ਸਾਰਾ ਕੁਛ ਤੁਹਾਨੂੰ ਮੈਂ ਦਿਖਾ ਰਿਹਾ। ਜਿਹੜੇ ਬੈੱਡਰੂਮਸ ਬਣੇ ਹੋਏ ਨੇ ਪੂਰੇ ਖੁੱਲ੍ਹੇ ਡੁੱਲੇ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ, ਅਤੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਏਰੀਆ ਵੀ ਮਿਲ ਜੂਗਾ, ਤੁਹਾਨੂੰ ਮੈਂ ਦਿਖਾ ਵੀ ਦਿੰਦਾ ਸੀ। ਅਤੇ ਸਾਰਾ ਕੰਮ ਟੋਟਲ ਆਪਾਂ ਨੂੰ ਮਿਲ ਜੂਗਾ ਕੀਤਾ ਕਰਾਇਆ, ਅਤੇ ਲੋਬੀ ਆਪਾਂ ਨੂੰ ਖੁੱਲ੍ਹੀ ਡੁੱਲੀ ਮਿਲ ਜੂਗੀ, ਅਤੇ 10.5 ਮਰਲੇ ਜਗ੍ਹਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ। ਬਾਕੀ ਕਿਚਨ ਤੁਸੀਂ ਬੈਕ ਸਾਈਡ ਦੇਖ ਹੀ ਲਿਆ, ਪਹਿਲਾਂ ਮੈਂ ਤੁਹਾਨੂੰ ਦਿਖਾਤਾ ਸੀਗਾ। ਕਿਚਨ ਜਿਹੜਾ ਇਹਨਾਂ ਨੇ ਬਣਵਾਇਆ ਹੋਇਆ ਪੂਰਾ ਵੱਡਾ, ਪੂਰਾ ਖੁੱਲ੍ਹਾ ਡੁੱਲਾ, ਪੂਰਾ ਵਧੀਆ ਇਹਨਾਂ ਨੇ ਬਣਵਾਇਆ ਹੋਇਆ। ਲਾਈਟਿੰਗ ਦਾ ਸਾਰਾ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆ, ਪਲਾਸਟਰ ਹੋਈ ਹੈ, ਇਕੱਲਾ ਰੰਗ ਰਹਿੰਦਾ ਗਾ। ਰੰਗ ਕੋਈ ਇੰਨਾ ਜ਼ਿਆਦਾ ਜ਼ਰੂਰੀ ਵੀ ਹੈ ਨਹੀਂ, ਕਿਉਂਕਿ ਨਵੀਂ ਕੋਠੀ ਹੈ, ਰੰਗ ਥੋੜ੍ਹੇ ਟਾਈਮ ਬਾਅਦ ਹੀ ਕਰਵਾਇਆ ਜਾਵੇ ਤਾਂ ਚੰਗੀ ਗੱਲ ਹੈ ਜੀ, ਕਿਉਂਕਿ ਪਲਸਤਰ ਪਲੁਸਤਰ ਵਧੀਆ ਨਵਾਂ ਹੁੰਦਾ, ਥੋੜ੍ਹਾ ਟਾਈਮ ਤਾਂ ਇੱਦਾਂ ਹੀ ਚੱਲਣ ਦੇਵੇ, ਉਹ ਤੋਂ ਬਾਅਦ ਹੀ ਰੰਗ ਕਰਵਾਵੇ ਵਧੀਆ ਵੀ ਲੱਗਦਾ ਜੀ। ਬਾਕੀ ਉਹ ਆਪਦੀ ਇੱਛਾ ਹੁੰਦੀ ਹੈ, ਕਈ ਪਹਿਲਾਂ ਕਰਵਾ ਲੈਂਦੇ ਆ, ਕਈ ਬਾਅਦ 'ਚ ਕਰਵਾਉਂਦੇ ਆ ਜੀ। ਅਤੇ ਜਿਹੜਾ ਬੰਦਾ ਕੋਠੀ ਆਹ ਖਰੀਦੂਗਾ, ਕਿਸੇ ਮੇਰੇ ਭਰਾ ਨੂੰ, ਮੇਰੇ ਵੱਡੇ ਬਜ਼ੁਰਗ ਨੂੰ, ਮੇਰੀ ਮਾਤਾ ਨੂੰ, ਮੇਰੀ ਭੈਣ ਨੂੰ, ਕਿਸੇ ਨੂੰ ਵੀ ਕੋਠੀ ਆਹ ਪਸੰਦ ਆ ਰਹੀ ਹੈ, ਕੋਈ ਵੀ ਖਰੀਦਣਾ ਚਾਹੁੰਦਾ ਹੈ, ਅਤੇ ਮਾਲਕ ਦਾ ਨੰਬਰ ਤੁਹਾਨੂੰ ਵੀਡੀਓ 'ਚ ਮਿਲ ਗਿਆ ਹੋਊਗਾ, ਆਪਾਂ 2-3 ਵਾਰੀ ਦੇ ਦਿੰਦੇ ਹਾਂ, ਤੁਹਾਨੂੰ ਮੈਂ ਦੱਸ ਵੀ ਦਊਂਗਾ ਜੀ। ਅਤੇ ਕੋਈ ਖਰੀਦਣ ਦਾ ਚਾਹਵਾਨ ਹੈ ਜਾ ਕੇ ਦੇਖ ਸਕਦੇ ਹੋ। ਬਾਕੀ ਜੇ ਕੋਈ ਰੰਗ ਕਰਵਾਉਣਾ ਚਾਹੁੰਦਾ ਖਰੀਦ ਕੇ ਤਾਂ ਤੁਸੀਂ ਹੁਣੇ ਵੀ ਰੰਗ ਕਰਵਾ ਸਕਦੇ ਹੋ, ਬਾਅਦ 'ਚ ਵੀ ਕਰਵਾ ਸਕਦੇ ਹੋ, ਉਹ ਤੁਹਾਡੀ ਇੱਛਾ ਜੀ। ਅਤੇ ਉੱਪਰ ਜਿਹੜੀ ਮਤਲਬ ਕਿ ਫਰੰਟ 'ਤੇ ਉੱਪਰ ਪਰਦੀ ਕੱਢੀ ਹੋਈ ਹੈ,
ਜਿਹੜਾ ਡਿਜ਼ਾਇਨ ਬਣਾਇਆ ਹੋਇਆ ਉਹਨੂੰ ਵੀ ਪਲਸਤਰ ਕਰਵਾਉਣਾ ਪਊਗਾ ਅਤੇ ਉਹ ਤੁਸੀਂ ਆਪੇ ਕਰਵਾ ਲਿਓ ਜੀ। ਅਤੇ ਸਾਰਾ ਕੰਮ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਕਰਵਾਉਣਾ ਸੀਗਾ, ਪਰ ਇਹਨਾਂ ਦਾ ਬਾਹਰ ਦਾ ਬਣ ਗਿਆ ਤਾਂ ਕਰਕੇ ਇਹਨਾਂ ਨੇ ਥੋੜ੍ਹਾ ਬਹੁਤਾ ਜਿਹੜਾ ਉੱਪਰ ਦਾ ਕੰਮ ਸੀਗਾ ਉਹ ਛੱਡਤਾ ਜੀ। ਬਾਕੀ ਉੱਪਰੋਂ ਛੱਤ ਛੁੱਤ ਪੂਰੀ ਵਧੀਆ ਬਣੀ ਹੋਈ ਆ, ਪੱਕੀ ਕੀਤੀ ਹੋਈ ਆ ਇਹਨਾਂ ਨੇ। ਅਤੇ ਇੱਕ ਪਾਸੇ ਆਪਾਂ ਨੂੰ ਦੇਖੋ ਜੀ, ਤੁਸੀਂ ਇਹਨਾਂ ਨੇ ਆਪਦੀਆਂ ਸਬਜ਼ੀ ਵਗੈਰਾ ਲਗਾ ਰੱਖੀ ਆ, ਆਪਾਂ ਪਾਰਕ ਵਗੈਰਾ ਬਣਾਉਣਾ ਤਾਂ ਇੱਥੇ ਆਪਾਂ ਪਾਰਕ ਵੀ ਬਣਾ ਸਕਦੇ ਹਾਂ, ਅਤੇ ਸਬਜ਼ੀ ਵਗੈਰਾ ਲਾਉਣੀ ਹੈ ਤਾਂ ਆਪਣੀ ਇੱਛਾ ਜੀ, ਆਪਾਂ ਕਿਵੇਂ ਮਰਜ਼ੀ ਕਰੀਏ। ਬਾਕੀ ਟੋਟਲ ਕੰਮ ਬਹੁਤ ਸ਼ੌਂਕ ਨਾਲ ਸਾਰਾ ਰੀਝਾਂ ਨਾਲ ਇਹਨਾਂ ਨੇ ਕਰਵਾਇਆ ਹੋਇਆ। ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਆਹ ਕੋਠੀ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ। ਲੋਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਲੋਕੇਸ਼ਨ ਆਪਾਂ ਨੂੰ ਮਿਲੂਗੀ, ਇਹਨਾਂ ਦਾ ਜਿਹੜਾ ਪਿੰਡ ਹੈਗਾ ਮੈਲੀ, ਇਹਨਾਂ ਦਾ ਪਿੰਡ ਹੈ ਜੀ, ਮੈਲੀ ਪਿੰਡ ਹੈ, ਬੰਗਾ ਰੋਡ 'ਤੇ ਪੈ ਜਾਂਦਾ, ਨਵਾਂ ਸ਼ਹਿਰ ਪੰਜਾਬ ਜੀ। ਅਤੇ ਰਜਿਸਟਰੀ ਵਾਲੀ ਜਗ੍ਹਾ ਹੈਗੀ ਅਤੇ ਦੋਵੇਂ ਸਾਈਡ ਰੋਡ ਲੱਗਦੇ ਆ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਤਾਂ ਸੀਗਾ ਫਰੰਟ 'ਚ ਵੀ ਅਤੇ ਇਸ ਸਾਈਡ 'ਚ ਵੀ, ਅਤੇ ਜਾ ਕੇ ਕਿਸੇ ਨੇ ਦੇਖਣੀ ਹੈ ਕੋਠੀ ਜਾ ਕੇ ਦੇਖ ਸਕਦੇ ਹੋ। ਅਤੇ ਨੀਅਰ ਨਿਊ ਬਾਈਪਾਸ ਰੋਡ ਲੁਧਿਆਣਾ ਟੂ ਚੰਡੀਗੜ੍ਹ ਅੰਡਰ ਕੰਸਟਰਕਸ਼ਨ ਜੀ, ਠੀਕ ਹੈ ਜੀ। ਅਤੇ ਰੇਟ ਦੀ ਗੱਲ ਕਰੀਏ ਤਾਂ 45 ਲੱਖ ਰੁਪਈਆ ਇਹਨਾਂ ਨੇ ਮੰਗਿਆ, 10.5 ਮਰਲੀ ਜਗ੍ਹਾ, ਨਵੀਂ ਕੋਠੀ ਹੈ, 45 ਲੱਖ ਰੇਟ ਇੱਕ ਵਾਰੀ ਡਿਮਾਂਡ ਹੈ ਜੀ, ਕੋਈ ਫਿਕਸ ਰੇਟ ਨਹੀਂ ਹੈਗਾ। ਬਾਕੀ ਰਜਿਸਟਰੀ ਵਾਲੀ ਜਗ੍ਹਾ ਵਧੀਆ ਕੋਠੀ ਹੈ, ਸੋਹਣੀ ਕੋਠੀ ਹੈ, ਜਾ ਕੇ ਕਿਸੇ ਨੇ ਦੇਖਣੀ ਹੈ, ਕਿਸੇ ਨੇ ਜਾ ਕੇ ਦੇਖਣੀ ਹੈ ਅਤੇ ਕੋਈ ਗੱਲ ਕਰਨੀ ਹੈ ਤਾਂ ਪਹਿਲਾਂ ਵੀ ਗੱਲ ਤੁਸੀਂ ਕਰ ਸਕਦੇ ਹੋ, ਜਾ ਕੇ ਗੱਲ ਕਰਨੀ ਹੈ ਜਾ ਕੇ ਵੀ ਦੇਖ ਲਿਓ, ਠੀਕ ਹੈ ਜੀ। ਬਾਕੀ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ, 98-777-70-120। ਦੁਬਾਰਾ ਫਿਰ ਤੋਂ ਦੱਸ ਦਿੰਦਾ, 98-777-70-120। ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਆਪੇ ਤੁਸੀਂ ਕਰ ਲਿਓ ਜੀ। ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ, ਤੁਸੀਂ ਵੀਡੀਓ ਸਾਰੀ ਦੇਖ ਲਈ, ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਅਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ। ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ, ਡੇਲੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਸਬਸਕ੍ਰਾਈਬ ਕਰ ਦਿਉ ਅਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਰਹੀ ਹੈ ਜੀ। ਅਤੇ ਨਾਲ ਦੀ ਨਾਲ ਮੈਨੂੰ ਦੱਸਿਓ ਲਾਜ਼ਮੀ ਤੁਹਾਨੂੰ ਅਗਲੀ ਵੀਡੀਓ 'ਚ ਕਿਹੜੇ ਏਰੀਏ 'ਚੋਂ ਕਿਹੋ ਜਿਹੀ ਕੋਠੀ ਚਾਹੀਦੀ ਹੈ, ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਤੁਸੀਂ ਚੈਨਲ ਨੂੰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ। ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਵੀਡੀਓ ਵਧੀਆ ਲੱਗੀ ਹੋਊਗੀ, ਅੱਜ ਵਾਲੀ ਆਪਣੀ ਆਹ ਕੋਠੀ ਵਧੀਆ ਲੱਗੀ ਹੋਊਗੀ। ਅਤੇ ਵਧੀਆ ਲੱਗੀ ਤਾਂ ਲਾਜ਼ਮੀ ਦੱਸਿਓ, ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਜੀ। ਅਤੇ ਕਿਸੇ ਨੇ ਐਡ ਕਰਵਾਉਣੀ ਹੈ, ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ, ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਏ 'ਚ ਕੋਠੀ ਹੈ, ਘਰ ਆ, ਮਕਾਨ ਹੈ, ਠੀਕ ਹੈ ਜੀ, ਕਿਸੇ ਵੀ ਏਰੀਏ 'ਚ ਹੈ, ਪਿੰਡ 'ਚ ਹੈ, ਸ਼ਹਿਰ 'ਚ ਹੈ, ਤੁਹਾਡੇ ਕੋਲ ਹੈ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲ ਹੈ, ਤੁਹਾਡੇ ਯਾਰਾਂ ਮਿੱਤਰਾਂ ਕੋਲ ਹੈ, ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ, 73-800-26-173। ਆਪਣੇ ਕੋਲ ਇੱਕ ਤਾਂ ਪੂਰੀ ਵਧੀਆ ਵੀਡੀਓ ਅਤੇ ਪੂਰੀ ਜਾਣਕਾਰੀ ਅਤੇ 10-12 ਫੋਟੋਆਂ 'ਚ ਆਪਣੇ ਕੋਲ ਭੇਜ ਦਿਓ, ਬਿਲਕੁਲ ਫਰੀ ਦੇ ਵਿੱਚ ਆਪਾਂ ਬਹੁਤ ਜਲਦ ਐਡ ਤੁਹਾਡੀ ਲਗਾ ਦਾਂਗੇ। ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ, ਆਪਣਾ ਜਿੰਨਾ ਕੰਮ ਹੁੰਦਾ ਫਰੀ ਦੇ ਵਿੱਚ ਹੁੰਦਾ, ਨਾ ਤਾਂ ਆਪਾਂ ਪਹਿਲਾਂ ਕੋਈ ਕਮਿਸ਼ਨ ਲੈਂਦੇ ਹਾਂ, ਨਾ ਕੋਈ ਬਾਅਦ 'ਚ ਲੈਂਦੇ ਹਾਂ, ਨਾ ਕੋਈ ਪੈਸਾ ਲੈਂਦੇ ਹਾਂ ਜੀ। ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ, ਬਸ ਇੱਕ ਬੇਨਤੀ ਕਰੂੰਗਾ ਜੀ, ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਉਹ ਪੂਰੀ ਵਧੀਆ ਬਣਾਇਆ ਕਰੋ, ਫੋਨ ਨੂੰ ਟੇਢਾ ਫੜ ਕੇ ਵੀਡੀਓ ਬਣਾਇਆ ਕਰੋ। ਅਤੇ ਵੀਡੀਓ ਜਦੋਂ ਬਣਾਉਂਦੇ ਹੋ ਇੱਕ ਤਾਂ ਫੋਨ ਨੂੰ ਜ਼ਿਆਦਾ ਹਿੱਲਣ ਨਾ ਦਿਆ ਕਰੋ ਜੀ, ਵਧੀਆ ਟਿਕਾ ਕੇ ਵੀਡੀਓ ਬਣਾਇਆ ਕਰੋ। ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿਓ, ਬਾਹਰ ਤੋਂ
ਮੇਨ ਗੇਟ ਤੋਂ ਵੀਡੀਓ ਬਣਾਉਣੀ ਸ਼ੁਰੂ ਕਰਿਆ ਕਰੋ। ਪਹਿਲਾਂ ਤਾਂ ਗਲੀ ਜਿਹੜੀ ਆਪਾਂ ਨੂੰ ਲੱਗਦੀ ਹੈ ਉਹ ਦਿਖਾਇਆ ਕਰੋ, ਫਰੰਟ ਵਗੈਰਾ ਸਾਰਾ ਕੁਝ ਦਿਖਾ ਕੇ ਵਧੀਆ ਤਰੀਕੇ ਨਾਲ ਆਪਣੇ ਕੋਲ ਵੀਡੀਓ ਬਣਾ ਕੇ ਭੇਜਿਆ ਕਰੋ ਜੀ।